ਆਲ ਰਾਈਟ ਸੋ ਆਮ ਸ਼ੋਰ ਕਿ ਆਪਾਂ ਸਾਰਿਆਂ ਨੇ ਸੁਣਿਆ ਹੋਣਾ ਵੀ ਫਲਾਣਾ ਬੰਦਾ ਫਲਾਣੇ ਮੁਲਕ ਗਿਆ ਸੀ ਇੰਨੇ ਸਾਲ ਪਹਿਲਾਂ ਉੱਥੇ ਜਾ ਕੇ ਉਹਨੇ ਰਿਫਿਊਜੀ ਲਾਤੀ ਅਤੇ ਅੱਜ ਉੱਥੇ ਪੱਕਾ ਵਾ ਉੱਥੇ ਉਹਨੇ ਫੈਮਿਲੀ ਸ਼ੁਰੂ ਕਰ ਲਈ ਉੱਥੇ ਉਹਦੇ ਬੜੇ ਕੰਮ ਕਾਰ ਚੱਲ ਰਹੇ ਟਰਾਲੇ ਚੱਲ ਰਹੇ ਬਿਜ਼ਨਸ ਚੱਲ ਰਹੇ ਹਨਾ ਆਪਾਂ ਸਾਰਿਆਂ ਨੇ ਚੀਜ਼ਾਂ ਸੁਣੀਆਂ ਹੋਈਆਂ ਬਟ ਸ਼ਾਇਦ ਹੀ ਕਿਸੇ ਨੂੰ ਪਤਾ ਵੀ ਰਿਫਿਊਜੀ ਐਕਚੁਲੀ ਹੁੰਦਾ ਕੀ ਆ ਕਿੱਦਾਂ ਲੱਗਦਾ ਰਿਫਿਊਜੀ ਐਂਡ ਕਿਹੜੀ ਕਿਹੜੀ ਕੰਟਰੀ ਅਸੈਪਟ ਕਰਦੀ ਆ ਕਿ ਕੈਨੇਡਾ ਤੁਸੀਂ ਰਿਫਿਊਜੀ ਲਗਾ ਸਕਦੇ ਹੋ ਜਿਹੜੇ ਬੰਦੇ ਵੀਡੀਓ ਦੇਖ ਰਹੇ ਕਿਆ ਤੁਸੀਂ ਐਲੀਜੀਬਲ ਹੋ ਅਗਰ ਹੋ ਤਾਂ ਇਹ ਪ੍ਰੋਸੈਸ ਕੀ ਹੁੰਦਾ ਰਿਫਿਊਜੀ ਦਾ ਸੋ ਅੱਜ ਦੀ ਇਸ ਵੀਡੀਓ 'ਚ ਅਸੀਂ ਉਹੀ ਸਾਰੀ ਚੀਜ਼ਾਂ ਬਾਰੇ ਗੱਲ ਕਰਾਂਗੇ ਆਈ ਹੋਪ ਕਿ ਤੁਹਾਨੂੰ ਵੀਡੀਓ ਚੰਗੀ ਲੱਗੇਗੀ ਸੋ ਬਿਫੋਰ ਵੇਸਟਿੰਗ ਮਚ ਟਾਈਮ ਲੈਟਸ ਸਟਾਰਟ ਦਾ ਵੀਡੀਓ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰ ਲੈਂਦੇ ਵੀ ਰਿਫਿਊਜੀ ਹੁੰਦਾ ਕੌਣ ਹੈ ਕਿਉਂਕਿ ਰਿਫਿਊਜੀ ਅਤੇ ਇਮੀਗ੍ਰੈਂਟ ਦੋਨੋਂ ਆਪਣੀ ਕੰਟਰੀ ਛੱਡ ਕੇ ਦੂਜੀ ਕੰਟਰੀ 'ਚ ਜਾਂਦੇ ਨੇ ਬਟ ਦੋਨਾਂ 'ਚ ਬਹੁਤ ਵੱਡਾ ਡਿਫਰੈਂਸ ਹੁੰਦਾ ਆ ਕਿਉਂਕਿ ਇਮੀਗ੍ਰੈਂਟ ਜਿਹੜਾ ਕਿ ਮੈਂ ਆਪਾਂ ਚੂਜ਼ ਕਰਦੇ ਵੀ ਅਸੀਂ ਆਸਟ੍ਰੇਲੀਆ ਜਾਣਾ ਨਿਊਜ਼ੀਲੈਂਡ ਜਾਣਾ ਕੈਨੇਡਾ ਜਾਣਾ ਅਮੈਰੀਕਾ ਜਾਣਾ ਕਿੱਥੇ ਜਾਣਾ ਉੱਥੇ ਆ ਕੇ ਆਪਾਂ ਪੜ੍ਹਨਾ ਉੱਥੇ ਆ ਕੇ ਆਪਾਂ ਕੰਮ ਕਰਨਾ ਕੀ ਕਰਨਾ ਨਾ ਆਪਾਂ ਸਾਰੇ ਚੂਜ਼ ਕਰਦੇ ਸਾਡੀ ਲਾਈਫ ਕਿ ਆਪਾਂ ਅੱਗੇ ਕਿੱਥੇ ਸੈੱਟ ਹੋਣਾ ਚਾਹੁੰਦੇ ਹਾਂ ਬਟ ਜਿਹੜਾ ਰਿਫਿਊਜੀ ਹੁੰਦਾ ਉਹ ਚੂਜ਼ ਨਹੀਂ ਕਰਦਾ ਉਹਨਾਂ ਨੂੰ ਆਪਣੀ ਕੰਟਰੀ ਛੱਡਣੀ ਪੈਂਦੀ ਆ ਫੋਰਸਫੁਲੀ ਕਿਸੇ ਡਰ ਦੇ ਕੋਲੋਂ ਹੋ ਸਕਦਾ ਉਹਨਾਂ ਦੀ ਕੰਟਰੀ 'ਤੇ ਟੈਰਰਿਜ਼ਮ ਬਹੁਤ ਜ਼ਿਆਦਾ ਚੱਲ ਰਿਹਾ ਹੋਵੇ ਹੋ ਸਕਦਾ ਉਹਨਾਂ ਦੀ ਕੰਟਰੀ ਦੇ ਵਿੱਚ ਵਾਰ ਚੱਲ ਰਹੀ ਹੋਵੇ ਜਾਂ ਫਿਰ ਉਹਨਾਂ ਨੂੰ ਕਿਸੇ ਚੀਜ਼ ਕਰਕੇ ਖਤਰਾ ਹੋਵੇ ਉਹਨਾਂ ਦੇ ਧਰਮ ਕਰਕੇ ਉਹਨਾਂ ਦੀ ਕਾਸਟ ਕਰਕੇ ਉਹਨਾਂ ਦੇ ਕਲਰ ਦੇ ਕਰਕੇ ਕਿਸੇ ਚੀਜ਼ ਕਰਕੇ ਉਹਨਾਂ ਨੂੰ ਖਤਰਾ ਹੋਵੇ ਜਾਂ ਫਿਰ ਉਹ ਜਸਟ ਬਾਰਡਰ ਏਰੀਆ 'ਤੇ ਰਹਿੰਦੇ ਹੋਣ ਜਿਵੇਂ ਕਿ ਆਪਣੇ ਚੱਲਦਾ J&K ਠੀਕ ਹੈ ਜੀ ਜੰਮੂ ਕਸ਼ਮੀਰ ਦੇ ਏਰੀਏ ਕੁਛ ਹੁੰਦੇ ਆ ਜਿੱਥੇ ਆਪਣੇ ਨੂੰ ਅਕਸਰ ਨਿਊਜ਼ 'ਚ ਸੁਣਨ ਮਿਲਦਾ ਵੀ ਉੱਥੇ ਕਾਫੀ ਤਣਾਅ ਚੱਲ ਰਿਹਾ ਇੱਦਾਂ ਹੋ ਰਿਹਾ ਉੱਦਾਂ ਹੋ ਰਿਹਾ ਹੈ ਨਾ ਅਤੇ ਜਿੱਥੇ ਮਤਲਬ ਲੋਕਾਂ ਨੂੰ ਘਰੋਂ ਬਾਹਰ ਨਿਕਲਣ 'ਤੇ ਡਰ ਲੱਗਦਾ ਹੋਵੇ ਕਿ ਬਈ ਉਹਨਾਂ ਦਾ ਰੰਗ ਰੂਪ ਦੇਖ ਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਣੀ ਸੋ ਬੇਸਿਕਲੀ ਰਿਫਿਊਜੀ ਦਾ ਮਤਲਬ ਇਹ ਹੁੰਦਾ ਵੀ ਤੁਹਾਨੂੰ ਡਰ ਹੋਵੇ ਤੁਹਾਡੇ ਨਾਲ ਇੱਦਾਂ ਕੁਛ ਹੋ ਸਕਦਾ ਵਾ ਜਾਂ ਫਿਰ ਤੁਹਾਡੇ ਤੁਸੀਂ ਇੱਦਾਂ ਦੀ ਕਿਸੇ ਚੀਜ਼ ਦੇ ਵਿੱਚੋਂ ਗੋ ਥਰੂ ਹੋ ਰਹੇ ਹੋ ਉਹ ਹੁੰਦਾ ਬੰਦਾ ਰਿਫਿਊਜੀ ਬਟ ਇੱਦਾਂ ਇਹ ਮਤਲਬ ਨਹੀਂ ਕਿ ਸਿਰਫ ਉਹੀ ਬੰਦੇ ਰਿਫਿਊਜੀ ਅਪਲਾਈ ਕਰ ਸਕਦੇ ਨੇ ਕਿਉਂਕਿ ਆਪਾਂ ਅਕਸਰ ਸੁਣਦੇ ਹਾਂ ਵੀ ਆਪਣੇ ਪੰਜਾਬੀ ਬੰਦੇ ਜਾਂ ਫਿਰ ਇੰਡੀਅਨ ਬੰਦੇ ਬਾਹਰ ਜਾ ਕੇ ਰਿਫਿਊਜੀ ਅਪਲਾਈ ਕਰਦੇ ਸੋ ਉਹ ਕਿੱਦਾਂ ਕਲੇਮ ਕਰਦੇ ਆ ਰਿਫਿਊਜੀ ਰਿਫਿਊਜੀ ਕਿਵੇਂ ਕਲੇਮ ਕੀਤੀ ਜਾ ਸਕਦੀ ਹੈ ਅਗਰ ਤੁਸੀਂ ਇੰਨੀ ਜ਼ਿਆਦਾ ਵਰਸ ਸਿਚੁਏਸ਼ਨ ਦੇ ਵਿੱਚ ਨਹੀਂ ਹੋ ਬਟ ਤੁਸੀਂ ਫਿਰ ਵੀ ਮਤਲਬ ਤੁਸੀਂ ਕਿਸੇ ਹਿਸਾਬ ਨਾਲ ਐਲੀਜੀਬਲ ਹੋ ਰਹੇ ਹੋ ਸੋ ਕੈਨੇਡਾ ਦਾ ਜਿਹੜਾ ਰਿਫਿਊਜੀ ਪ੍ਰੋਗਰਾਮ ਉਹਦੇ ਵਿੱਚ ਦੋ ਟਾਈਪ ਦੀਆਂ ਐਪਲੀਕੇਸ਼ਨ ਫਾਈਲ ਹੁੰਦੀਆਂ ਇੱਕ ਹੁੰਦੀ ਆ ਆਊਟਸਾਈਡ ਕੈਨੇਡਾ ਇੱਕ ਹੁੰਦੀ ਆ ਇਨਸਾਈਡ ਕੈਨੇਡਾ ਹੁਣ ਆਊਟਸਾਈਡ ਕੈਨੇਡਾ ਉਹ ਜਿਹੜੇ ਬੰਦੇ ਆਪਣੀ ਹੋਮ ਕੰਟਰੀ 'ਚ ਬੈਠੇ ਆ ਜਾਂ ਫਿਰ ਅਦਰ ਦੈਨ ਕੈਨੇਡਾ ਕਿਸੇ ਹੋਰ ਕੰਟਰੀ 'ਚ ਬੈਠੇ ਆ ਹੁਣ ਇੱਕ ਹੁੰਦੀ ਇਨਸਾਈਡ ਕੈਨੇਡਾ ਜਿਹੜੀ ਤੁਸੀਂ ਇੱਥੇ ਆਏ ਨੇ ਹੋ ਫਿਰ ਤੁਸੀਂ ਅਪਲਾਈ ਕਰਦੇ ਹੋ ਰਿਫਿਊਜੀ ਕਿ ਬਈ ਮੈਨੂੰ ਮੇਰੀ ਆਪਣੀ ਕੰਟਰੀ ਵਿੱਚ ਖਤਰਾ ਆ ਹੁਣ ਇੰਡੀਅਨ ਬੰਦੇ ਬੇਸਿਕਲੀ ਆਹੀ ਚੀਜ਼ ਕਰਦੇ ਨੇ ਕਿਉਂਕਿ ਅਗਰ ਤੁਸੀਂ ਬਾਹਰਲੀ ਕੰਟਰੀ 'ਚੋਂ ਬਹਿ ਕੇ ਕਰੋਗੇ ਓਬਵੀਅਸਲੀ ਉਹਦਾ ਟਾਈਮ ਐਂਡ ਸਾਰੀ ਚੀਜ਼ਾਂ ਥੋੜ੍ਹੀਆਂ ਜ਼ਿਆਦਾ ਹੋਣਗੀਆਂ ਬਟ ਹਾਂ ਜਿਹੜੀ ਮੈਂ ਤੁਹਾਨੂੰ ਕਹਾਣੀ ਦੱਸਦਾ ਬਈ ਜਿਹੜੇ ਇੰਡੀਅਨ ਲੋਕ ਹੁੰਦੇ ਉਹ ਕੀ ਕਰਦੇ ਨੋਟ ਅਲੋਟ ਆਫ ਪੀਪਲ ਬਟ ਵੈਰੀ ਫਿਊ ਠੀਕ ਹੈ ਜੀ ਉਹ ਆਪਣੀ ਕੰਟਰੀ ਛੱਡ ਜਾਂਦੇ ਇੱਥੇ ਆ ਕੇ ਉਹ ਕਲੇਮ ਕਰ ਦਿੰਦੇ ਵੀ ਉਹਨਾਂ ਨੂੰ ਉਹਦੀ ਕੰਟਰੀ 'ਚ ਖਤਰਾ ਹੋ ਸਕਦਾ ਉਹਨਾਂ ਦੇ ਧਰਮ ਦੇ ਕਰਕੇ ਹੋਵੇ ਹੋ ਸਕਦਾ ਉਹਨਾਂ ਦੇ ਰੰਗ ਰੂਪ ਦੇ ਕਰਕੇ ਹੋਵੇ ਕਿਉਂਕਿ ਆਪਾਂ ਜਦੋਂ ਜਾਂਦੇ ਇੰਡੀਆ ਵਰਗੇ ਦੇਸ਼ਾਂ ਜਿੱਥੇ ਇੰਨੀਆਂ ਸਾਰੀਆਂ ਮਤਲਬ ਲੈਂਗੁਏਜ ਬੋਲੀਆਂ ਜਾਂਦੀਆਂ ਇੰਨੇ ਸਾਰੇ ਕਲਰ ਦੇ ਲੋਕ ਹੁੰਦੇ ਆ ਇੰਨੇ ਸਾਰੇ ਧਰਮ ਵਗੈਰਾ ਹੁੰਦੇ ਉੱਥੇ ਤੁਹਾਨੂੰ ਪਤਾ ਵੀ ਥੋੜ੍ਹਾ ਜਿਹਾ ਬਣ ਜਾਂਦਾ ਮਾਹੌਲ ਇੱਦਾਂ ਤਾਂ ਕਦੇ ਕਦਾਰ ਅਤੇ ਉਹਦੇ ਬੇਸਿਸ 'ਤੇ ਲੋਕ ਇੱਥੇ ਆ ਫਾਈਲ ਕਰ ਦਿੰਦੇ ਵੀ ਜੇ ਮੈਂ ਇੰਡੀਆ ਚਲਾ ਗਿਆ ਤਾਂ ਮੈਨੂੰ ਖਤਰਾ ਵਾ ਮੇਰੀ ਜਾਨ ਨੂੰ ਖਤਰਾ ਵਾ ਸੋ ਉਹ ਕਰਦੇ ਇੰਡੀਅਨ ਲੋਕ ਹੁਣ ਜੇ ਤੁਸੀਂ ਐਕਚੁਅਲੀ ਦੇ ਵਿੱਚ ਜਿਹੜੇ ਰਿਫਿਊਜੀ ਬੰਦੇ ਹੁੰਦੇ ਉਹ ਕਿਵੇਂ ਦੇ ਹੁੰਦੇ ਉਹ ਹੁੰਦੇ ਜੀ ਅਫਗਾਨ ਰਿਫਿਊਜੀ ਜਿਵੇਂ ਆਪਾਂ ਰੀਸੈਂਟਲੀ ਦੇਖਿਆ ਸੀਗਾ ਬਟ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਸਿਰਫ ਅਫਗਾਨ ਰਿਫਿਊਜੀ ਹੁੰਦੇ ਮਤਲਬ ਬਹੁਤ ਸਾਰੇ ਤਰੀਕੇ ਤੋਂ ਮੈਂ ਐਗਜ਼ਾਮਪਲ ਦੇ ਰਿਹਾ ਵੀ ਜਿਵੇਂ ਆਪਾਂ ਦੇਖਿਆ ਸੀਗਾ ਕਿ ਅਫਗਾਨਿਸਤਾਨ ਦੇ ਵਿੱਚ ਕੀ ਚੱਲਿਆ ਸੀ ਬੈਨ ਕਿ ਉਹਨਾਂ ਨੇ ਇੱਕ ਵਾਰੀ ਜਦੋਂ ਟੇਕ ਓਵਰ ਕਰ ਲਿਆ ਤਾਂ ਉਹ ਕਹਿੰਦੇ ਵੀ ਇੰਨੇ ਦਿਨ ਹੈਗੇ ਆ ਜਿਹੜੇ ਬੰਦੇ ਲੰਘ ਗਏ ਬਾਕੀ ਇੱਥੇ ਰਹਿ ਗਏ ਉਹ ਰਹਿ ਗਏ ਠੀਕ ਹੈ ਜੀ ਕਿਉਂਕਿ ਉਹਨਾਂ ਦਾ ਆਪਦਾ ਪ੍ਰਾਈਮ ਮਿਨਿਸਟਰ ਤਾਂ ਆ ਗਿਆ ਇਸ ਕੰਟਰੀ ਛੱਡ ਗਿਆ ਸੀਗਾ ਸੋ ਉੱਦਾਂ ਤਾਂ ਜਦੋਂ ਮਾਹੌਲ ਬਣ ਗਿਆ ਉਸ ਵੇਲੇ ਕੈਨੇਡਾ ਨੇ ਬਹੁਤ ਸਾਰੇ ਅਫਗਾਨ ਰਿਫਿਊਜੀਸ ਲਿੱਤੇ ਸੀ ਉਹਨਾਂ ਨੂੰ ਸਪੋਰਟ ਦਿੱਤੇ ਸੀ ਸ਼ੈਲਟਰ ਦਿੱਤਾ ਸੀ ਕੈਨੇਡਾ ਦੇ ਵਿੱਚ ਅਤੇ ਉਹਦੇ ਵਿੱਚ ਸੀਗਾ ਕਿ ਮਤਲਬ ਜਿੰਨੇ ਬੰਦੇ ਜਹਾਜ਼ ਚੜ੍ਹੀ ਜਾਂਦੇ ਆਪਾਂ ਸਾਰਿਆਂ ਨੇ ਆਮ ਸ਼ੋਰ ਵੀਡੀਓਜ਼ ਦੇਖੀਆਂ ਵੀ ਸਾਰੇ ਬੰਦੇ ਇੱਥੇ ਆ ਰਹੇ ਆ ਸੋ ਉਹ ਚੀਜ਼ਾਂ ਹੁੰਦੀਆਂ ਬਟ ਉਹ ਵੋਰ ਸਿਚੁਏਸ਼ਨ ਆ ਬਈ ਠੀਕ ਹੈ ਜੀ ਬਟ ਅਗਰ ਤੁਸੀਂ ਇੰਨੀ ਵੋਰ ਸਿਚੁਏਸ਼ਨ ਵਿੱਚ ਨਹੀਂ ਹੋ ਵੀ ਜਿੱਥੇ ਐਕਚੁਅਲੀ 'ਚ ਵਾਰ ਚੱਲ ਰਹੀ ਜਿੱਦਾਂ ਤਾਂ ਕੁਛ ਹੋ ਰਿਹਾ ਬਟ ਤੁਸੀਂ ਇੱਦਾਂ ਦੀ ਸਿਚੁਏਸ਼ਨ 'ਚੋਂ ਜਿੱਥੇ ਤੁਸੀਂ ਆਪਣੇ ਘਰੇ ਤਾਂ ਬੈਠੇ ਹੋ ਲੇਕਿਨ ਤੁਹਾਨੂੰ ਥੋੜ੍ਹਾ ਡਰ ਆ ਵੀ ਤੁਹਾਡੇ ਕਿਸੇ ਪੋਲੀਟੀਕਲ ਚੀਜ਼ ਦੇ ਕਰਕੇ ਜਾਂ ਫਿਰ ਕਿਸੇ ਧਰਮ ਧੁਰਮ ਦੇ ਨਾਮ 'ਤੇ ਦੰਗੇ ਦੁੰਗੇ ਸ਼ੁਰੂ ਹੋ ਗਏ ਹੋਣ ਬਟ ਤੁਹਾਨੂੰ ਖਤਰਾ ਹੋ ਸਕਦਾ ਉਸ ਚੀਜ਼ ਦੇ ਕਰਕੇ ਸੋ ਉਹਦੇ ਵਿੱਚ ਕੀ ਹੁੰਦਾ ਵੀ ਜਿਹੜੇ ਕੈਨੇਡਾ ਦਾ ਇਮੀਗ੍ਰੇਸ਼ਨ ਪ੍ਰੋਗਰਾਮ ਹੁੰਦਾ ਰਿਫਿਊਜੀ ਵਾਲਾ ਉਹ ਕਹਿੰਦੇ ਆ ਵੀ ਤੁਹਾਨੂੰ ਇੱਕ ਤਾਂ ਤੁਸੀਂ ਪ੍ਰੂਫ ਕਰ ਸਕੋ ਕਿ ਤੁਹਾਨੂੰ ਆਪਣੀ ਕੰਟਰੀ ਵਿੱਚ ਹੋਮ ਕੰਟਰੀ ਵਿੱਚ ਖਤਰਾ ਵਾ ਜੇ ਤੁਸੀਂ ਉੱਥੇ ਰਹੋਗੇ ਕਿਸੇ ਵੀ ਚੀਜ਼ ਦੇ ਬੇਸਿਸ 'ਤੇ ਹੈ ਨਾ ਜਿਵੇਂ ਮੈਂਸ਼ਨ ਕਰਿਆ ਕਲਰ ਵਗੈਰਾ ਕਾਸਟ ਐਂਡ ਆਲ ਸੋ ਭਾਅ ਤੁਸੀਂ ਉਹ ਪ੍ਰੂਫ ਕਰੋਗੇ ਵੀ ਤੁਹਾਨੂੰ ਖਤਰਾ ਵਾ ਉਸ ਤੋਂ ਬਾਅਦ ਤੁਹਾਡੇ ਆ ਗਿਆ ਇੰਟਰਵਿਊਜ਼ ਵੀ ਲਿੱਤੇ ਜਾਣਗੇ ਅਗਰ ਤੁਸੀਂ ਕੈਨੇਡਾ 'ਚੋਂ ਤਾਂ ਕੈਨੇਡਾ ਦੀ ਐਮਬੈਸੀ ਅਗਰ ਤੁਸੀਂ ਹੋਮ ਕੰਟਰੀ 'ਚੋਂ ਤਾਂ ਹੋਮ ਕੰਟਰੀ ਦੇ ਵਿੱਚ ਜਿਹੜੀ ਕੈਨੇਡਾ ਦੀ ਐਮਬੈਸੀ ਆ ਉੱਥੇ ਤੁਹਾਡੇ ਇੰਟਰਵਿਊਜ਼ ਲਿੱਤੇ ਜਾਣਗੇ ਬੇਸਿਕਲੀ ਤੁਹਾਨੂੰ ਸਟਰੋਂਗਲੀ ਪ੍ਰੂਫ ਕਰਨਾ ਪੈਣਾ ਵੀ ਤੁਹਾਨੂੰ ਵਾਕਈ ਖਤਰਾ
ਕੈਨੇਡਾ ਦੇ ਵਿੱਚ ਬੁਲਾਵਾਂਗੇ ਜਾਂ ਫਿਰ ਕਿੰਨੇ ਰਿਫਿਊਜੀ ਦੀ ਐਪਲੀਕੇਸ਼ਨ ਆਪਾਂ ਅਸੈਪਟ ਕਰਾਂਗੇ। ਅਤੇ ਅਸੈਪਟ ਹੋਣ ਦੇ ਲਈ ਸਭ ਤੋਂ ਜਿਹੜੀ ਵੱਡੀ ਚੀਜ਼ ਹੁੰਦੀ ਹੈ ਸਪੋਂਸਰ। ਹੁਣ ਕੈਨੇਡਾ ਦੇ ਵਿੱਚ ਅਗਰ ਕਿਸੇ ਨੇ ਰਿਫਿਊਜੀ ਫਾਈਲ ਕਰਨੀ ਹੈ, ਇੱਕ ਚੀਜ਼ ਮਸਟ ਆ ਵੀ ਉਹਨਾਂ ਨੂੰ ਸਪੋਂਸਰ ਚਾਹੀਦਾ। ਹੁਣ ਸਪੋਂਸਰ ਕੋਈ ਵੀ ਹੋ ਸਕਦਾ ਇੱਕ ਹਾਊਸਹੋਲਡ ਹੋਵੇ, ਰੈਗੂਲਰ ਪੀਪਲ ਲਾਈਕ ਮੀ ਐਂਡ ਯੂ, ਆਪਾਂ ਇੱਕ ਫੈਮਲੀ ਰਹਿ ਰਹੀ ਹੋਵੇ ਐਂਡ ਉਹ ਕਹੇ ਵੀ ਆਪਾਂ ਕਿਸੇ ਨੂੰ ਸਪੋਂਸਰ ਕਰਾਂਗੇ ਜਿਹੜਾ ਬੰਦਾ ਰਿਫਿਊਜੀ ਲਗਾ ਰਿਹਾ, ਆਪਾਂ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਹਾਂ। ਹੋ ਸਕਦਾ ਕੋਈ ਸੋਸ਼ਲ ਔਰਗਨਾਈਜੇਸ਼ਨ ਹੋਵੇ, ਹੋ ਸਕਦਾ ਕੈਨੇਡਾ ਦੀ ਕੋਈ ਕਮਿਊਨਿਟੀ ਹੋਵੇ ਜਾਂ ਫਿਰ ਕੋਈ ਹੋਰ ਔਰਗਨਾਈਜੇਸ਼ਨ ਹੋਵੇ ਜਿਹੜੀ ਅੱਗੇ ਆ ਕੇ ਇਹ ਚੀਜ਼ਾਂ ਕੰਮ ਕਰਦੀਆਂ ਹੋਣ, ਜਿਹੜੇ ਸਪੋਰਟ ਪ੍ਰੋਵਾਈਡ ਕਰਦੇ ਹਨ। ਸਪੋਰਟ ਦਾ ਮਤਲਬ ਹੈਗਾ ਸ਼ੈਲਟਰ, ਫੂਡ, ਫਾਈਨੈਂਸ਼ੀਅਲ ਸਪੋਰਟ, ਮੈਂਟਲ ਸਪੋਰਟ, ਐਵਰੀਥਿੰਗ ਤੁਹਾਨੂੰ ਪ੍ਰੋਵਾਈਡ ਕਰਨੀ ਪੈਣੀ ਉਹਨਾਂ ਨੂੰ। ਅਤੇ ਪਹਿਲਾਂ ਤਾਂ ਉਸ ਪਾਰਟੀ ਨੂੰ ਦੱਸਣਾ ਪੈਣਾ ਵੀ ਉਹ ਵਾਕਈ ਪਰੂਫ ਕਰ ਸਕਣ, ਮਤਲਬ ਕਿ ਉਹਨਾਂ ਨੂੰ ਖਤਰਾ ਆ ਐਂਡ ਉਹਨਾਂ ਨੂੰ ਛੱਡਣੀ ਪੈਣੀ ਕੰਟਰੀ, ਐਂਡ ਦੂਜੀ ਗੱਲ ਫਿਰ ਸਾਹਮਣੇ ਵਾਲੀ ਜਿਹੜੀ ਸਪੋਂਸਰ ਆ ਉਹ ਪਰੂਫ ਕਰ ਸਕਣ ਵੀ ਆਪਾਂ ਇਹਨਾਂ ਦੀ ਸਾਰੀ ਚੀਜ਼ਾਂ ਦਾ ਖਿਆਲ ਰੱਖ ਲਾਂਗੇ। ਅਤੇ ਉਸ ਤੋਂ ਬਾਅਦ ਜਿਹੜੇ ਅਪਲਾਈ ਕਰਦੇ ਹੁੰਦੇ, ਇੰਟਰਵਿਊਜ਼ ਐਂਡ ਆਲ ਹੁੰਦੇ, ਸਾਰੇ ਡਾਕੂਮੈਂਟੇਸ਼ਨ ਹੁੰਦੇ, ਸਾਰੀ ਚੀਜ਼ਾਂ ਵੈਰੀਫਾਈ ਕੀਤੀਆਂ ਜਾਂਦੀਆਂ। ਕਾਫੀ ਲੰਬਾ ਪ੍ਰੋਸੈਸ ਹੁੰਦਾ, ਬਹੁਤ ਆਸਾਨ ਨਹੀਂ ਆ ਵੀ ਤੁਸੀਂ ਪੇਪਰ 'ਤੇ ਫਾਈਲ ਲਾਈ, ਆਫਰ ਲੈਟਰ ਦਿਖਾਈ ਜਾਂਦਾ ਆ ਗਏ, ਜਿਵੇਂ ਸਟੂਡੈਂਟ ਵੀਜ਼ਾ 'ਤੇ ਹੁੰਦਾ ਉੱਦਾਂ ਨਹੀਂ ਹੁੰਦਾ ਇੱਥੇ। ਸੋ ਇੱਥੇ ਕਾਫੀ ਕੰਪਲੀਕੇਟਡ ਪ੍ਰੋਸੈਸ ਹੁੰਦਾ ਆ, ਲੰਬਾ ਹੁੰਦਾ ਵਾ, ਟਾਈਮ ਕੰਜ਼ਿਊਮਿੰਗ ਹੁੰਦਾ ਵਾ, ਅਤੇ ਇੱਦਾਂ ਨਹੀਂ ਹੁੰਦਾ ਵੀ ਕਿੰਨੇ, ਮਤਲਬ ਇੱਦਾਂ ਨਹੀਂ ਹੁੰਦਾ ਵੀ ਹਜ਼ਾਰ ਬੰਦਿਆਂ ਨੇ ਲਈ ਤਾਂ ਹਜ਼ਾਰਾਂ ਨੂੰ ਰਿਫਿਊਜੀ ਮਿਲ ਜਾਣੀ, ਇੱਦਾਂ ਨਹੀਂ ਹੁੰਦਾ। ਬਹੁਤ ਘੱਟ ਬੰਦਿਆਂ ਨੂੰ ਰਿਫਿਊਜੀ ਮਿਲਦੀ ਹੈ। ਸੋ ਅਗਰ ਕੋਈ ਬੰਦਾ ਐਜ਼ ਏ ਰਿਫਿਊਜੀ ਕੈਨੇਡਾ ਵਿੱਚ ਲੈਂਡ ਹੁੰਦਾ ਵਾ, ਠੀਕ ਹੈ, ਜਾਂ ਫਿਰ ਪੂਰੀ ਫੈਮਲੀ ਲੈਂਡ ਹੁੰਦੀ ਹੈ ਐਜ਼ ਏ ਰਿਫਿਊਜੀ, ਤਾਂ ਉਹਨਾਂ ਨੂੰ ਕੈਨੇਡਾ ਦੀ ਜਿਹੜੀ ਗਵਰਨਮੈਂਟ ਆ ਜਾਂ ਫਿਰ ਕੋਈ ਸਪੈਸਿਫਿਕ ਪ੍ਰੋਵਿੰਸ ਟੈਰੀਟਰੀ ਆ ਉਹ ਧਿਆਨ ਰੱਖਦੇ ਆ ਉਹਨਾਂ ਦਾ। ਅਪ ਟੂ 1 ਈਅਰ ਤੱਕ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਮਿਲਦੀ ਆ, ਉਹਨਾਂ ਨੂੰ ਘਰ ਵਗੈਰਾ ਲੱਭ ਕੇ ਦਿੱਤਾ ਜਾਂਦਾ, ਉਹਨਾਂ ਨੂੰ ਕੁਝ ਕਮਿਊਨਿਟੀ ਸੈਂਟਰਸ ਹੁੰਦੇ ਆ, ਉਹਨਾਂ ਨੂੰ ਉੱਥੇ ਭੇਜਿਆ ਜਾਂਦਾ ਵੀ ਉੱਥੇ ਕੁਝ ਲੈਂਗੁਏਜ ਸਿੱਖਣ ਕੈਨੇਡਾ ਦੀਆਂ, ਇੰਗਲਿਸ਼ ਜਾਂ ਫਿਰ ਫਰੈਂਚ ਜਾਂ ਫਿਰ ਕੁਝ ਸਕਿੱਲਸ ਸਿੱਖਣ, ਅਤੇ ਉਹਨਾਂ ਨੂੰ ਇੰਪਲੋਇਮੈਂਟ ਲੱਭਣ ਦੇ ਵਿੱਚ ਹੈਲਪ ਕੀਤੀ ਜਾਂਦੀ ਆ, ਉਹਨਾਂ ਦੀ ਐਜੂਕੇਸ਼ਨ ਅਗਰ ਕਿਡਸ ਆ, ਠੀਕ ਆ ਜੀ, ਅੰਡਰ 18 ਵਗੈਰਾ ਜਿੱਦਾਂ ਵੀ ਆ, ਮਤਲਬ ਐਜੂਕੇਸ਼ਨ ਦੀ ਉਮਰ ਉਹਨਾਂ ਦੀ ਹਾਲੇ, ਅਤੇ ਉਹਨਾਂ ਨੂੰ ਉਹ ਦਿੱਤਾ ਜਾਂਦਾ ਐਜੂਕੇਸ਼ਨ ਸਪੋਰਟ ਵਗੈਰਾ, ਮਤਲਬ ਸਾਰਾ ਦੇਖਭਾਲ ਕੀਤੀ ਜਾਂਦੀ ਆ। ਬਟ ਉਸ ਤੋਂ ਪਹਿਲਾਂ ਜਿਹੜਾ ਪ੍ਰੋਸੈਸ ਹੁੰਦਾ ਉਹ ਕਾਫੀ ਲੈਂਥੀ ਹੁੰਦਾ, ਕਿਉਂਕਿ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਵੀ ਇਹ ਕੈਂਡੀਡੇਟਸ ਆਰ ਦਾ ਰਾਈਟ ਕੈਂਡੀਡੇਟਸ ਟੂ ਅਪਲਾਈ ਫੋਰ ਰਿਫਿਊਜੀ, ਇਹ ਸਹੀ ਹੱਕਦਾਰ ਨੇ ਰਿਫਿਊਜੀ ਦੇ, ਐਂਡ ਜਿਹੜੀ ਬੰਦੇ ਜਾਂ ਜਿਹੜੀ ਕਮਿਊਨਿਟੀ ਆ ਜੋ ਵੀ ਆ ਨਾ ਉਹਨੂੰ ਸਪੋਂਸਰ ਕਰ ਰਹੇ ਉਹ ਉਹਨਾਂ ਦਾ ਧਿਆਨ ਰੱਖ ਸਕਦੇ ਆ ਫਾਈਨੈਂਸ਼ੀਅਲੀ, ਕਿਉਂਕਿ ਜਦੋਂ ਬੰਦਾ ਐਜ਼ ਏ ਵਾਰ ਦੇ ਵਿੱਚੋਂ ਕੋਈ ਨਿਕਲ ਕੇ ਆਉਂਦਾ ਤਾਂ ਉਹਨਾਂ ਨੂੰ ਮੈਂਟਲ ਸਪੋਰਟ ਵੀ ਚਾਹੀਦੀ ਆ, ਠੀਕ ਹੈ ਜੀ, ਉਹਨਾਂ ਦੀ ਕੋਈ ਚਾਹੀਦਾ ਜਿਹੜਾ ਬੰਦਾ ਉਹਨੂੰ ਗੱਲ ਕਰੇ, ਉਹਨਾਂ ਨੂੰ ਗਾਈਡ ਕਰੇ ਕੈਨੇਡਾ ਦੇ ਵਿੱਚ ਕਿੱਥੇ ਜਾਣਾ, ਕਿੱਦਾਂ ਕਰਨਾ, ਕੀ ਚੀਜ਼ ਕਰਨੀ, ਉਹ ਸਾਰੀਆਂ ਚੀਜ਼ਾਂ ਰਿਕੁਆਇਰਡ ਹੁੰਦੀਆਂ। ਸੋ ਇੱਥੇ ਦੀ ਗਵਰਨਮੈਂਟ ਉਹ ਸਾਰੀ ਚੀਜ਼ਾਂ ਮੇਕ ਸ਼ੋਰ ਕਰਦੀ ਆ ਵੀ ਇਹ ਜਿਹੜੀ ਪ੍ਰੋਸੈਸ ਆ ਸਾਰੀ ਜੈਨੂਅਨ ਹੋਵੇ, ਜੈਨੂਅਨ ਹੱਕਦਾਰ ਨੂੰ ਮਿਲੇ, ਐਂਡ ਸਾਰੀਆਂ ਫੈਸਿਲਿਟੀਜ਼ ਉਹਨਾਂ ਨੂੰ ਐਕਚੁਅਲੀ ਐਟ ਦ ਐਂਡ ਆਫ ਦ ਡੇ ਜਦੋਂ ਉੱਥੇ ਲੈਂਡ ਹੋ ਜਾਣ ਪ੍ਰੋਵਾਈਡ ਕੀਤੀਆਂ ਜਾਣ। ਸੋ ਇਹ ਕੁਝ ਚੀਜ਼ਾਂ ਜਿਹੜੀਆਂ ਕਿ ਐਜ਼ ਏ ਰਿਫਿਊਜੀ ਬੰਦੇ ਨੂੰ ਮਿਲਦੀਆਂ ਵਾ, ਐਂਡ ਇਹਦੇ ਲਈ ਜਿਹੜੀ ਚੀਜ਼ਾਂ ਪ੍ਰੂਵ ਕਰਨੀਆਂ ਹੁੰਦੀਆਂ ਉਹ ਸਾਰੀਆਂ ਮਤਲਬ ਥੱਲੇ ਲਿੰਕ ਦੇ ਦੂੰਗੇ ਡਿਸਕ੍ਰਿਪਸ਼ਨ ਦੇ ਵਿੱਚ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਐਗਜੈਕਟਲੀ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ, ਅਤੇ ਉਹਦੇ ਲਈ ਤੁਹਾਨੂੰ ਕੀ ਸ਼ੋਅ ਕਰਨਾ ਪੈਣਾ। ਬਾਕੀ ਮੈਂ ਤੁਹਾਨੂੰ ਦੱਸਿਆ ਵੀ ਮੇਨ ਪੁਆਇੰਟ ਤਾਂ ਇਹੀ ਆ ਵੀ ਤੁਹਾਨੂੰ ਪ੍ਰੂਵ ਕਰਨਾ ਪੈਣਾ ਵੀ ਤੁਹਾਨੂੰ ਖਤਰਾ ਆ ਤੁਹਾਡੀ ਆਪਣੀ ਹੋਮ ਕੰਟਰੀ ਦੇ ਵਿੱਚ ਜਾਂ ਜਿੱਥੇ ਤੁਸੀਂ ਰਹਿ ਰਹੇ ਹੋ। ਸੋ ਯਾ, ਆਈ ਹੋਪ ਕਿ ਅੱਜ ਦੀ ਵੀਡੀਓ ਤੁਹਾਨੂੰ ਕੁਛ ਨਵਾਂ ਜਾਣਨ ਨੂੰ ਮਿਲਿਆ ਹੋਵੇਗਾ। ਅਗਰ ਚੰਗੀ ਲੱਗੀ ਹੋਵੇ ਤਾਂ ਕਰ ਦਿਓ ਲਾਈਕ, ਸ਼ੇਅਰ, ਸਬਸਕ੍ਰਾਈਬ ਜਿਵੇਂ ਤੁਹਾਡਾ ਦਿਲ ਕਰੇ, ਐਂਡ ਮਿਲਦੇ ਹਾਂ ਫਿਰ ਆਪਾਂ ਅਗਲੀ ਕਿਸੇ ਵੀਡੀਓ 'ਚ, ਤਦ ਤੱਕ ਲਈ ਚੰਗਾ।